are watching Channel Y. Channel Y, a South Asian Canadian channel. सार्थक सम्मान गार्ड शहीद को सम्मान देगी सम्मान सत अक्सर ही असीं अपने देश दे जवानां दी बहादुरी अते उन्हां दी ड्यूटी प्रति वफादारी अते समर्पित होण दे किस्से सुणदे रहने आ। अजिहा इक मामला श्रीनगर विच सामने आया है जिथे एक सीआरपीएफ दा जवान बीमार होण दे बावजूद अपनी ड्यूटी निभाउंदा रहा पर अंत ऑक्सीजन दी कमी होण कारण उस दी मौत हो गई। सीआरपीएफ दे जवानां वल्लों राम कुमार दी मृतक दे उन्हां दे पिंड लियांदी गई जिस तों बाद उन्हां दे पिंड विच सोग दी लहर दौड़ गई। जानकारी मुताबक सीआरपीएफ च तैनात बठिंडा दे राम कुमार पहलां तों ही बीमार चल रहे सन। इस दौरान यह भी पता लग्या कि जम्मू कश्मीर च धारा 370 हटन दौरान उह रिटायर होण वाले सन पर हालातां दी ਗੰਭੀਰਤਾ ਨੂੰ ਵੇਖਦਿਆਂ ਉਹਨਾਂ ਦੀ ਰਿਟਾਇਰਮੈਂਟ 2 ਸਾਲ ਲੇਟ ਕਰ ਦਿੱਤੀ ਗਈ ਸੀ। ਅੱਛਾ ਜੀ, ਇਹਨਾਂ ਨੇ ਅਗਸਤ ਦੇ ਵਿੱਚ ਰਿਟਾਇਰ ਹੋਣਾ ਸੀਗਾ, ਪਿਛਲੇ ਜੋ ਅਗਸਤ ਲੰਘ ਗਈ ਹੈ, ਬਟ ਕੀ ਹੋਇਆ ਮੋਦੀ ਸਰਕਾਰ ਨੇ ਜਦੋਂ 2 ਸਾਲ ਦੇ ਬੜਾਤੇ ਤਾਂ ਇਹਨਾਂ ਨੂੰ ਹੋਰ ਅੱਗੇ ਵੀ 2 ਸਾਲ ਹੋਰ ਮਿਲ ਗਏ ਸੀਗੇ, ਨਹੀਂ ਤਾਂ ਪਿੱਛੇ ਇਹਨਾਂ ਨੂੰ ਰਿਟਾਇਰ ਹੋ ਜਾਣਾ ਸੀਗਾ। ਜਦੋਂ ਪਿੱਛੇ ਮੋਦੀ ਸਰਕਾਰ ਨੇ 370 ਧਾਰਾ ਲਾਈ ਤਾਂ ਉਦੋਂ ਇਹਨਾਂ ਦੀ ਬਟਾਲੀਅਨ ਦੇ ਕੁਛ ਬੰਦਿਆਂ ਨੂੰ ਇਹਨਾਂ ਨੇ ਉੱਥੇ ਰਿਮੂਵ ਕਰਤਾ ਸੀਗਾ ਸ੍ਰੀਨਗਰ। ਅੱਛਾ, ਕਾਫੀ ਬਟਾਲੇ ਅੱਜ ਗੱਲਬਾਤ ਹੁੰਦੀ ਰਹੀ, ਮੇਰੀ ਕੱਲ੍ਹ ਵੀ ਹੁੰਦੀ ਰਹੀ ਹੈ ਡੈਥ ਤੋਂ ਬਾਅਦ। ਉਹ ਕਹਿੰਦੇ ਸਾਡੇ ਕਾਫੀ ਬੰਦੇ ਉੱਥੇ 70 ਧਾਰਾ ਲੱਗਣ ਕਰਕੇ ਕਾਫੀ ਬਟਾਲੇ ਉੱਥੇ ਗਈਆਂ, ਕਿਉਂਕਿ ਉੱਥੇ ਰੌਲੇ ਕਰਕੇ ਵੀ ਰੋੜਨਾ ਪਵੇ, ਤਾਂ ਇਹਨਾਂ ਨੂੰ ਉੱਥੇ ਭੇਜ ਦਿੱਤਾ ਗਿਆ ਸੀਗਾ। ਮੰਗਦਾ ਕੀ ਗੌਰਮੈਂਟ ਨੇ ਕੀ ਦੇਣਾ, ਕੁਛ ਨਹੀਂ ਦੇਣਾ, ਮੰਗ ਕੀ ਕਰਾਂਗੇ ਅਸੀਂ, ਬੰਦਾ ਚਲਾ ਗਏ ਕੀ ਮੰਗ ਕਰਾਂਗੇ ਹੁਣ। ਹਾਂਜੀ, ਸਾਨੂੰ ਕੁਛ ਨਹੀਂ ਪਤਾ ਲੱਗਿਆ ਉਹਨਾਂ ਦਾ, ਸਾਨੂੰ ਕੋਈ ਪਤਾ ਨਹੀਂ ਕਿਵੇਂ ਹੋਈ ਆ। ਹੁਣ ਉੱਥੇ ਬੰਦਾ ਜਦ ਬੰਦਾ ਚਲਾ ਗਿਆ ਉਹਨੂੰ ਪਤਾ ਡਿਊਟੀ ਕਿੱਥੇ ਹੋਈ ਆ, ਪੋਸਟਿੰਗ ਕਿੱਥੇ ਸੀ? ਪੋਸਟ ਸ੍ਰੀਨਗਰ ਤੋਂ ਸਾਈਡ ਤੇ ਸੀ, 25-30 ਕਿਲੋਮੀਟਰ ਦੇ ਕਰੀਬ। ਅੱਛਾ, 25-30 ਕਿਲੋਮੀਟਰ। ਹਾਂ, ਬਸ ਸਾਨੂੰ ਇੰਨਾ ਕੁ ਪਤਾ ਲੱਗਿਆ ਵੀ ਉੱਥੇ ਆਕਸੀਜਨ ਘੱਟ ਸੀਗੀ ਤੇ ਸਾਹ ਦੀ ਪ੍ਰੋਬਲਮ ਨੂੰ 4-4 ਬੰਦੇ ਹੋ ਗਈ। ਅੱਛਾ, ਉਹ ਸਾਨੂੰ ਪਤਾ ਨਹੀਂ ਲੱਗ ਚੁੱਕਿਆ ਸਿਸਟਰ ਪਹਿਲਾਂ ਸਾਨੂੰ। ਹਾਂਜੀ, ਲੱਗਦੇ ਨੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਆਉਣਾ ਚਾਹੀਦਾ ਸੀ, ਆਉਣਾ ਚਾਹੀਦਾ ਸੀ, ਆਉਣਾ ਬਿਲਕੁਲ ਕੋਈ ਨਹੀਂ ਆ। ਸਾਨੂੰ ਬਹੁਤ ਦੁੱਖ ਹੈ, ਸੋ ਦੇ ਅਸੀਂ ਰੋਜੀ ਨਾਲ ਕੱਲ੍ਹ ਦੇ ਰੋਲ ਕਰਾਉਣ ਮੱਚੇ ਹੋਏ ਆ, ਕੋਈ ਵੀ ਸਾਡੇ ਸਾਹਮਣੇ ਕੌਣ ਆਉਂਦਾ ਇੱਥੇ, ਕੋਈ ਨਹੀਂ, ਕੋਈ ਪ੍ਰਸ਼ਾਸਨ ਅਧਿਕਾਰੀ ਨਹੀਂ, ਨਾ ਕੋਈ ਸਾਨੂੰ ਪੁੱਛਣ ਪੁੱਛਣ ਹਾਲ ਨਹੀਂ ਪੁੱਛਿਆ ਕਿੱਥੇ, ਦੱਸੋ ਕੋਈ ਆਇਆ ਦਿਖਾਓ ਤੁਹਾਡੇ ਸਾਹਮਣੇ ਆ, ਉਹਦੇ ਨਾਲ ਤਾਂ ਆਪਦੇ ਵੈਬਸਾਈਟ ਦੇ ਬੰਦੇ ਆਏ ਆ। ਛੁੱਟੀ ਦੀ ਵੀ ਮੰਗ ਕੀਤੀ ਜਦੋਂ ਬਿਮਾਰ ਸੀ, ਛੁੱਟੀ ਦੀ ਮੰਗ ਕੀਤੀ ਸੀ? ਹਾਂ, ਛੁੱਟੀ ਮੰਗ ਕੀਤੀ ਸੀ, ਮੈਨੂੰ ਪ੍ਰੋਬਲਮ ਹੈ, ਸਾਹ ਦੀ ਪ੍ਰੋਬਲਮ ਹੈ, ਮੈਨੂੰ ਤੁਸੀਂ ਛੁੱਟੀ ਦਿਓ, ਮੈਂ ਇਲਾਜ ਕਰਾ ਲਾਂ। ਪਰ ਜੇ ਸਾਨੂੰ ਥੋੜਾ ਪਹਿਲਾਂ ਫੋਨ ਆਇਆ ਤਾਂ ਅਸੀਂ ਜਾ ਕੇ ਲਿਆਉਂਦੇ, ਇਹ ਸਿਸਟਰ ਨੇ ਮੈਨੂੰ ਕੱਲ੍ਹ ਹੀ ਦੱਸਿਆ, ਮੈਂ ਕਿਹਾ ਤੁਹਾਨੂੰ ਕਿਉਂ ਨਹੀਂ ਗੱਲ ਸਾਡੇ ਕੋਲ, ਛੁੱਟੀ ਨਾ ਕਰਨ ਕਰਕੇ ਜਾਨ ਚਲੀ ਗਈ, ਨਹੀਂ ਸ਼ਾਇਦ ਬਚ ਸਕਦੀ ਮੇਰੇ ਸਾਹਿਬ। ਸ਼ਾਮ ਨੂੰ ਸ਼ਹੀਦ ਰਾਮ ਕੁਮਾਰ ਦਾ ਸੰਸਕਾਰ ਪੂਰੇ ਮਾਣ ਸਨਮਾਨ ਦੇ ਨਾਲ ਕੀਤਾ ਗਿਆ ਤੇ ਫੌਜ ਦੇ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਸਲਾਮੀ ਵੀ ਦਿੱਤੀ ਗਈ। ਇਸ ਮੌਕੇ ਰਾਮ ਕੁਮਾਰ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਫੌਜ ਦੇ ਅਧਿਕਾਰੀ ਅਤੇ ਪਿੰਡ ਦੇ ਤਮਾਮ ਲੋਕ ਮੌਜੂਦ ਰਹੇ। ਰਾਮ ਕੁਮਾਰ ਨੂੰ ਉਹਨਾਂ ਨੇ ਆਪਣੀ ਸ਼ਰਧਾਂਜਲੀ ਦਿੱਤੀ। ਹੈਰਾਨੀ ਵਾਲੀ ਗੱਲ ਇਹ ਰਹੀ ਕਿ ਬਠਿੰਡਾ ਸ਼ਹਿਰ ਦਾ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ, ਜੋ ਕਿ ਬੇਹੱਦ ਨਿੰਦਣਯੋਗ ਹੈ। ਚੈਨਲ ਪਾਈ ਦੇ ਲਈ ਬਠਿੰਡਾ ਤੋਂ ਨਰੇਸ਼ ਸ਼ਰਮਾ ਦੀ ਰਿਪੋਰਟ। You are watching Channel Y, a South Asian Canadian channel.